मैं सरकार नूं बेनती करनी चाहूँगा कि जो क्राइसिस दा टाइम असीं वेख्या कोविड दा, तो उस तो बाद इंडस्ट्री हुण सरवाइव करन लगी है। असीं सरकार तो आस करदे हां कि इंडस्ट्री नूं इस वेले हैल्प कीती जाए, बैंकां वल्लों लोन प्रोवाइड किए जाण घट रेट ते, जिहड़ी लेबर इत्थों माइग्रेट कर गई उहनां नूं लिआउण दे प्रबंध किए जाण, बिजली च सुधार किया जाए, तो सब तो वड्डी गल जो रेट दी फ्लक्चुएशन आ लोहे दा प्लास्टिक दा, इन्हां दे उत्ते एक बैन लाया जाना चाहीदा आ वी 2-4 महीने घट्टो घट्ट रेट स्टेबल रहन ताकि असीं काम कर सकीए, सरवाइव कर सकीए। मेजर दिक्कत रेट्स की है जी, जिहड़ी जो इस वेले चल रही जी कई साल तो, जदों असीं ऑर्डर बुक करन जाने उदों रेट होर हुंदे आ, जदों सेल करन जाने उदों होर हो जाते हैं। तो दूसरी गल लेबर की जिदे बारे मैं गल की, तीसरा जी असी लोकली स्टेट गोरमेंट न चाहते हैं भी बिजली के रेट घटा। साड़ी उम्मीद है साइकिल इंडस्ट्री तो यही उम्मीद है जी, जो रेट देनू कंट्रोल किया जाए, स्टील के रेट्स कंट्रोल करे, प्लास्टिक के रेट्स कंट्रोल करो, कैमिकल्स और जो बाकी चीज़ों के रेट इन फ्यूचर हो रही है उन्होंने कंट्रोल किया जाए, ये सारे ज़्यादा वड्डी। और अगर असी चाइना के नाल उन्होंने अपने कंपैरिजन करना चाह रहे हैं और एक्सपोर्ट में डील करना चाह रहे हैं, तो सानू प्रोग्रामिंग दिता जाए कि असी नवें नवें तरह के नाल इन कि अपनी साइकिल इंडस्ट्री डिवेलप कर सकते हैं, नवी मशीनरी कि लैके आ सकते हैं और असी इनू कि अपने सोर्सिस करिए कि असी इनू वधिया तरीके से प्रोडक्ट बना सकीए। सरकार का यही साथ सानू चाहिए कि अगर वधिया तरीके सानू साथ दे, रॉ मटीरियल अच्छे तरीके मिले, GST रेट ठीक करे, इलैक्ट्रिसिटी के रेट ठीक हो, इलैक्ट्रिसिटी सानू प्रोपर मिले ਤਾਂ ਕਿ ਅਸੀਂ ਆਪਣੇ ਵਧੀਆ ਤਰੀਕੇ ਨਾਲ ਉਹਨੂੰ ਕਰ ਸਕਦੇ ਹਾਂ। ਸਾਨੂੰ ਇਸ ਟਾਈਮ ਸਾਰਿਆਂ ਨਾਲ ਅਸੀਂ ਗੌਰਮੈਂਟ ਤੋਂ ਇਹੀ ਚਾਹੁੰਦੇ ਹਾਂ ਵੀ ਤਾਂ ਜਿਹੜੀ ਸਟੀਲ ਦੇ ਡੀਜ਼ਲ ਦੇ ਇਹਨਾਂ ਦੇ ਉੱਤੇ ਕੁਛ ਲਗਾਓ ਦਿੱਤਾ ਜਾ, ਕੰਟਰੋਲ ਦਿੱਤਾ ਜਾਵੇ, ਨਹੀਂ ਤਾਂ ਇੰਡਸਟਰੀ ਨੂੰ ਗਰੋਥ ਕਰਨ ਵਾਸਤੇ ਬਹੁਤ ਦਿੱਕਤ ਦਾ ਸਾਹਮਣਾ ਹੋ ਰਿਹਾ। ਲੇਬਰ ਬਾਹਰੋਂ ਆ ਨਹੀਂ ਰਹੀ, ਲੇਬਰ ਨਾਸ਼ ਹੋਣ ਕਰਕੇ ਲੇਬਰ ਦੀ ਸ਼ੋਰਟੇਜ ਕਰਕੇ ਲੇਬਰ ਦੀ ਸੈਲਰੀਆਂ ਬਹੁਤ ਇਨਕਰੀਜ਼ ਹੋ ਗਈਆਂ, ਅਸੀਂ ਕਿਸੇ ਪਾਸੇ ਚੱਲਣ ਜੋਗੇ ਨਹੀਂ, ਹਜੇ ਟਰਾਂਸਪੋਰਟੇਸ਼ਨ ਮਹਿੰਗੀ ਹੋਈ ਪਈ ਹੈ ਅਤੇ ਟ੍ਰੇਨਾਂ ਬੰਦ ਹੈ, ਸਭ ਪਾਸੋਂ ਬੰਦ ਹੈ, ਕਿਸੇ ਪਾਸੇ ਅਸੀਂ ਚੱਲਣ ਜੋਗੇ ਨਹੀਂ ਹਜੇ, ਇਲੈਕਟ੍ਰੀਸਿਟੀ ਦੇ ਰੇਟ ਇੰਨੇ ਵਧੇ ਹੋਏ ਨੇ, ਡੀਜ਼ਲ ਦੇ ਰੇਟ ਇੰਨੇ ਵਧੇ ਹੋਏ ਨੇ, ਨਾ ਇਲੈਕਟ੍ਰੀਸਿਟੀ ਪ੍ਰੋਪਰ ਮਿਲ ਪਾਉਂਦੀ ਹੈ, ਨਾ ਡੀਜ਼ਲ ਮਹਿੰਗੇ ਹੋਣ ਕਰਕੇ ਅਸੀਂ ਉਹਨੂੰ ਯੂਜ਼ ਕਰ ਸਕਦੇ ਹਾਂ, ਰੇਟ ਕੁਛ ਹੋਰ ਪਰਚੇਜ਼ ਕਰਦੇ ਹਾਂ, ਸੇਲ ਵੇਲੇ ਸਾਨੂੰ ਕੁਛ ਹੋਰ ਆਰਡਰ ਹੁੰਦਾ, ਉਹ ਇਸ ਤਰ੍ਹਾਂ 'ਤੇ ਸਾਨੂੰ ਗੌਰਮੈਂਟ ਨੂੰ ਇਹੀ ਚਾਹੀਦਾ ਵੀ ਇਹ ਕੁਛ ਵੀ ਰੇਟ ਕਰਨ, ਉਹਦੇ ਵਾਸਤੇ ਇੱਕ ਟਾਈਮ ਪੀਰੀਅਡ ਬੌਂਡ ਕਰਨ, ਵੇ ਜੇ 3 ਮਹੀਨੇ ਵਾਸਤੇ ਤੁਹਾਨੂੰ ਇਹੀ ਪ੍ਰੋਪਰ ਰੇਟ ਹੋਇਆ ਜਾਊਗਾ, ਜਾਂ 6 ਮਹੀਨੇ ਵਾਸਤੇ ਰੇਟ ਹੋਇਆ, ਉਦੋਂ ਕੁਛ ਉਹਦਾ ਇੱਕ ਲਿਮਿਟ ਟਾਈਮ ਪੀਰੀਅਡ ਹੋਣਾ ਚਾਹੀਦਾ ਤਾਂ ਕਿ ਬੰਦਾ ਉਸ ਟਾਈਮ ਪੀਰੀਅਡ ਵਾਸਤੇ ਉਹ ਪ੍ਰੋਪਰਲੀ ਤਰੀਕੇ ਨਾਲ ਬਿਜ਼ਨਸ ਕਰ ਸਕੇ। ਮੈਂ ਹੈਂਡ ਟੂਲ ਨੂੰ ਬਿਲੋਂਗ ਕਰਦਾ, ਸਾਨੂੰ ਇਹੀ ਪ੍ਰੋਬਲਮ ਆ ਰਹੀ ਹੈ ਕਿ ਰੇਟ ਰੋਡ ਅਪ ਡਾਊਨ ਹੋ ਰਹੇ ਨੇ, ਬਹੁਤ ਹਾਈ ਸਪੀਡ ਦੇ ਰੇਟ ਕਾਫੀ ਉਹਨੇ, ਇੱਕ ਬਿਜਲੀ ਦੀ ਬਹੁਤ ਪ੍ਰੋਬਲਮ ਹੈ, ਸਾਨੂੰ ਰੇਟ ਬਿਜਲੀ ਦੇ ਅਪ ਹੋ ਰਹੇ ਨੇ, ਇਸ ਕਰਕੇ ਸਾਨੂੰ ਅੱਗੇ ਮਾਲ ਜੋ ਅੱਜ ਰੇਟ ਲੈ ਰਹੇ ਹਾਂ ਉਹ 10 ਦਿਨ ਬਾਅਦ ਦੇਣਾ ਦਾ ਮਾਲ ਰੇਟ ਫਿਰ ਦੁਬਾਰਾ ਇਨਕਰੀਜ਼ ਹੋ ਜਾਂਦਾ, ਉਸ ਕਰਕੇ ਸਾਨੂੰ ਬਹੁਤ ਦਿੱਕਤ ਆ ਰਹੀ ਹੈ, ਅਸੀਂ ਰੇਟ ਉਹ ਹੋਣ ਚਾਹੀਦੇ ਵੀ ਕੋਈ ਰਹਿਣ ਰੇਟ, ਇਸ ਕਰਕੇ ਰੇਟ ਬਿਜਲੀ ਦੇ ਰੇਟ ਬਹੁਤ ਹਾਈ ਨੇ, ਸਾਰੇ ਸਟੇਟਾਂ 9 ਰੁਪਏ ਯੂਨਿਟ, 5 ਰੁਪਏ ਯੂਨਿਟ ਬੋਲ ਰਹੇ ਸੀ, ਪੰਜਾਬ ਸਰਕਾਰ ਮਿਲ ਗਈ ਅੱਜ 9 ਰੁਪਏ ਯੂਨਿਟ ਹੈਗਾ, ਅਸੀਂ ਨਹੀਂ ਕਰ ਸਕਦੇ, ਇੱਕ ਲੇਬਰ ਦੀ ਬਹੁਤ ਸ਼ੋਰਟੇਜ ਹੈ, ਟ੍ਰੇਨਾਂ ਨਹੀਂ ਚੱਲਦੀਆਂ, ਲੇਬਰ ਦੀ ਸੈਲਰੀ ਬਹੁਤ ਦੇਣੀ ਪੈ ਰਹੀ, ਇਸ ਕਰਕੇ ਸਾਨੂੰ ਬਹੁਤ ਪ੍ਰੋਬਲਮ ਆ ਰਹੀਆਂ ਨੇ।